ਜ਼ਿੰਦਗੀ ਦੇ ਇਮਤਿਹਾਨ ਕਦੇ ਖਤਮ ਨਹੀਂ ਹੁੰਦੇ। ਜਦੋਂ ਲੱਗਦਾ ਹੈ ਕਿ ਮੰਜ਼ਿਲ ਆ ਗਈ ਹੈ, ਉਦੋਂ ਹੀ ਅੱਗੇ ਦਾ ਸਫ਼ਰ ਸ਼ੁਰੂ ਹੋ ਜਾਂਦਾ ਹੈ। ਗਲਤ ਪਾਸਵਰਡ ਨਾਲ ਇੱਕ ਛੋਟਾ ਜਿਹਾ ਮੋਬਾਈਲ ਨਹੀਂ ਖੁੱਲ੍ਹਦਾ ਤਾਂ ਗਲਤ ਕਰਮਾਂ ਨਾਲ ਸਵਰਗਾਂ ਦੇ ਦਰਵਾਜ਼ੇ ਕਿਵੇਂ ਖੁੱਲ੍ਹ ਜਾਣਗੇ? ਕ੍ਰੋਧ ਵਿੱਚ ਕਹੀ ਗਈ ਇੱਕ ਗੱਲ ਪ੍ਰੇਮ ਵਿੱਚ ਕਹੀਆਂ ਗਈਆਂ ਗੱਲਾਂ ਨੂੰ ਭੁਲਾ ਦਿੰਦੀ ਹੈ। ਸੋ ਆਪਣੇ ਇਸ ਕ੍ਰੋਧ ਨੂੰ ਸਦਾ ਕਾਬੂ ਵਿੱਚ ਰੱਖੋ। ਦੂਸਰਿਆਂ ਦੀ ਬੁਰਾਈ ਕਰਕੇ ਆਪਣਾ ਕਿਰਦਾਰ ਕਦੇ ਚੰਗਾ ਨਹੀਂ ਬਣ ਜਾਂਦਾ। ਜ਼ਿੰਦਗੀ ਵਿੱਚ ਸਕੂਨ ਵੀ ਜੇਕਰ ਲੱਭਣਾ ਪਵੇ ਤਾਂ ਇਸ ਤੋਂ ਵੱਡਾ ਕੋਈ ਦਰਦ ਨਹੀਂ। ਕਹਿਣ ਵਾਲੇ ਤਾਂ ਕੁਝ ਵੀ ਕਹਿ ਦਿੰਦੇ ਨੇ, ਪਰ ਉਹ ਕਦੇ ਇਹ ਨਹੀਂ ਸੋਚਦੇ ਕਿ ਸੁਣਨ ਵਾਲੇ ਉੱਪਰ ਕੀ ਬੀਤੀ ਹੋਵੇਗੀ। ਵਾਰ ਵਾਰ ਦੀ ਚੋਟ ਨਾਲ ਤਾਂ ਪੱਥਰ ਵੀ ਟੁੱਟ ਜਾਂਦੇ ਨੇ, ਅਸੀਂ ਤਾਂ ਫਿਰ ਵੀ ਇਨਸਾਨ ਹੀ ਹਾਂ। ਹੱਦ ਤੋਂ ਜ਼ਿਆਦਾ ਕਿਸੇ ਉੱਪਰ ਨਿਰਭਰ ਹੋਣਾ ਅਤੇ ਜ਼ਰੂਰਤ ਤੋਂ ਜ਼ਿਆਦਾ ਆਰਾਮ ਕਰਨਾ ਇਨਸਾਨ ਨੂੰ ਅਪਾਹਜ ਬਣਾ ਦਿੰਦਾ ਹੈ। ਜ਼ਿੰਦਗੀ ਅਧਿਆਪਕ ਤੋਂ ਵੀ ਜ਼ਿਆਦਾ ਸਖ਼ਤ ਹੁੰਦੀ ਹੈ। ਅਧਿਆਪਕ ਤਾਂ ਸਬਕ ਦੇ ਕੇ ਇਮਤਿਹਾਨ ਲੈਂਦਾ ਹੈ, ਪਰ ਜ਼ਿੰਦਗੀ ਇਮਤਿਹਾਨ ਲੈ ਕੇ ਸਬਕ ਦਿੰਦੀ ਹੈ। ਕਈ ਵਾਰ ਬਚਪਨ ਦੀਆਂ ਉਹਨਾਂ ਵਾਦੀਆਂ ਵਿੱਚ ਵਾਪਸ ਜਾਣ ਦਾ ਮਨ ਕਰਦਾ ਜਿੱਥੇ ਨਾ ਕੋਈ ਜ਼ਰੂਰਤ ਹੁੰਦੀ ਸੀ ਅਤੇ ਨਾ ਕੋਈ ਜ਼ਰੂਰੀ। ਦੁੱਖ ਇੱਕ ਸ਼ੀਸ਼ਾ ਹੁੰਦਾ ਹੈ ਜੋ ਕਿ ਸਭ ਕੁਝ ਦਿਖਾਉਂਦਾ ਹੈ, ਅਤੇ ਸੁੱਖ ਇੱਕ ਦਰਸ਼ਕ ਹੁੰਦਾ ਹੈ ਜੋ ਸਿਰਫ ਦੇਖਦਾ ਹੈ। ਜੇਕਰ ਤੁਹਾਨੂੰ ਕਿਸੇ ਨੂੰ ਇਹ ਜਿਤਾਉਣਾ ਪਵੇ ਕਿ ਤੁਸੀਂ ਉਸ ਦੇ ਲਈ ਸਹੀ ਹੋ ਤਾਂ ਇਸ ਗੱਲ ਨੂੰ ਸਮਝ ਲਵੋ ਕਿ ਉਹ ਤੁਹਾਡੇ ਲਈ ਸਹੀ ਨਹੀਂ ਹੈ। ਸਦਾ ਚੁੱਪ ਰਹਿਣ ਦਾ ਵੀ ਕੋਈ ਮਹੱਤਵ ਨਹੀਂ ਹੈ, ਸਗੋਂ ਕਿੱਥੇ ਚੁੱਪ ਰਹਿਣਾ ਹੈ ਅਤੇ ਕਿੱਥੇ ਬੋਲਣਾ ਹੈ ਇਸ ਦਾ ਬਹੁਤ ਮਹੱਤਵ ਹੈ। ਇਮਤਿਹਾਨ ਹਮੇਸ਼ਾ ਇਕੱਲੇ ਵਿੱਚ ਹੁੰਦੇ ਨੇ, ਪਰ ਉਹਨਾਂ ਦਾ ਨਤੀਜਾ ਸਭ ਦੇ ਸਾਹਮਣੇ ਹੁੰਦਾ ਹੈ। ਇਸ ਲਈ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਸ ਦੇ ਨਤੀਜੇ ਬਾਰੇ ਵਿਚਾਰ ਜ਼ਰੂਰ ਕਰੋ। ਜਦੋਂ ਮਨ ਖਰਾਬ ਹੋਵੇ ਤਾਂ ਬੁਰੇ ਸ਼ਬਦ ਕਦੇ ਨਾ ਬੋਲੋ, ਕਿਉਂਕਿ ਖਰਾਬ ਮਨ ਨੂੰ ਬਦਲਣ ਦੇ ਮੌਕੇ ਬਹੁਤ ਮਿਲ ਜਾਣਗੇ, ਪਰ ਸ਼ਬਦਾਂ ਨੂੰ ਬਦਲਣ ਦੇ ਮੌਕੇ ਫਿਰ ਕਦੇ ਨਹੀਂ ਮਿਲਣਗੇ। ਕਦੇ ਵੀ ਲੋਕਾਂ ਦੀ ਟੀਕਾ ਟਿੱਪਣੀ ਤੋਂ ਘਬਰਾਉਣਾ ਨਹੀਂ ਚਾਹੀਦਾ, ਕਿਉਂਕਿ ਖੇਡ ਵਿੱਚ ਦਰਸ਼ਕ ਹੀ ਰੌਲਾ ਪਾਉਂਦੇ ਨੇ, ਖਿਡਾਰੀ ਨਹੀਂ। ਆਪ ਨੀਚੇ ਝੁੱਕ ਕੇ ਕਿਸੇ ਨੂੰ ਉੱਪਰ ਉਠਾ ਦੇਣਾ ਸਾਡੇ ਤਨ ਅਤੇ ਮਨ ਦੋਨਾਂ ਦੇ ਲਈ ਇਸ ਤੋਂ ਚੰਗੀ ਕਸਰਤ ਹੋਰ ਕੋਈ ਨਹੀਂ ਹੋ ਸਕਦੀ। ਇੱਕ ਬੁੱਧੀਮਾਨ ਵਿਅਕਤੀ ਉਹ ਹੁੰਦਾ ਹੈ ਜੋ ਦੂਜਿਆਂ ਨੂੰ ਦੇਖ ਕੇ ਉਹਨਾਂ ਦੀਆਂ ਵਿਸ਼ੇਸ਼ਤਾਵਾਂ ਨੂੰ ਸਿੱਖਦਾ ਹੈ, ਉਹਨਾਂ ਨਾਲ ਤੁਲਨਾ ਜਾਂ ਈਰਖਾ ਨਹੀਂ ਕਰਦਾ। ਰਿਸ਼ਤੇ ਕਦੇ ਵੀ ਮਿੱਠੀ ਆਵਾਜ਼ ਜਾਂ ਸੋਹਣੇ ਚਿਹਰੇ ਕਰਕੇ ਨਹੀਂ ਟਿਕਦੇ, ਉਹ ਟਿਕਦੇ ਨੇ ਤਾਂ ਸਿਰਫ ਸਾਫ਼ ਦਿਲ ਅਤੇ ਸੱਚੇ ਭਰੋਸੇ ਦੇ ਨਾਲ। ਜਦੋਂ ਤੁਹਾਡੇ ਮਨ ਵਿੱਚ ਕਿਸੇ ਦੇ ਲਈ ਨਫ਼ਰਤ ਪੈਦਾ ਹੋਣ ਲੱਗੇ ਤਾਂ ਉਸੇ ਵੇਲੇ ਉਸ ਦੀ ਚੰਗਿਆਈ ਨੂੰ ਜ਼ਰੂਰ ਯਾਦ ਕਰੋ। ਪ੍ਰੇਮ ਨਾਲ ਭਰੀਆਂ ਹੋਈਆਂ ਅੱਖਾਂ, ਸ਼ਰਧਾ ਨਾਲ ਝੁਕਿਆ ਹੋਇਆ ਸਿਰ, ਸਹਿਯੋਗ ਕਰਦੇ ਹੱਥ, ਸੱਚੇ ਰਾਹ 'ਤੇ ਤੁਰਦੇ ਹੋਏ ਪੈਰ ਅਤੇ ਸੱਚ ਨਾਲ ਜੁੜੀ ਹੋਈ ਜੀਭ ਪਰਮਾਤਮਾ ਨੂੰ ਬਹੁਤ ਪਸੰਦ ਹੈ। ਸ਼ਬਦ ਤਾਂ ਮੁਫ਼ਤ ਮਿਲਦੇ ਨੇ, ਤੁਸੀਂ ਉਹਨਾਂ ਦੀ ਜਿਵੇਂ ਦੀ ਵਰਤੋਂ ਕਰਦੇ ਹੋ ਉਵੇਂ ਦੀ ਹੀ ਤੁਹਾਨੂੰ ਕੀਮਤ ਚੁਕਾਉਣੀ ਪੈਂਦੀ ਹੈ। ਸ਼ਬਦਾਂ ਦੀ ਕੀਮਤ ਉਦੋਂ ਹੀ ਪਤਾ ਲੱਗਦੀ ਹੈ ਜਦੋਂ ਉਹ ਜ਼ੁਬਾਨ ਵਿੱਚੋਂ ਨਿਕਲ ਜਾਂਦੇ ਨੇ, ਅਤੇ ਰਿਸ਼ਤਿਆਂ ਦੀ ਕੀਮਤ ਉਦੋਂ ਪਤਾ ਲੱਗਦੀ ਹੈ ਜਦੋਂ ਉਹ ਸਾਡੀ ਜ਼ਿੰਦਗੀ ਵਿੱਚੋਂ ਨਿਕਲ ਜਾਂਦੇ ਨੇ। ਸ਼ਰਾਬ ਦੀ ਬੋਤਲ ਜਿਹੀ ਹੈ ਇਹ ਇਮਾਨਦਾਰੀ, ਕੋਈ ਛੱਡਦਾ ਨਹੀਂ ਅਤੇ ਕੋਈ ਛੂੰਹਦਾ ਤੱਕ ਨਹੀਂ। ਦਿਮਾਗ ਨੂੰ ਖੂਬ ਪੜਾ ਲਓ,
ਪਰ ਦਿਲ ਨੂੰ ਹਮੇਸ਼ਾ ਅਨਪੜ੍ਹ ਹੀ ਰੱਖਿਓ ਤਾਂ ਕਿ ਇਹ ਭਾਵਨਾਵਾਂ ਨੂੰ ਸਮਝਣ ਵਿੱਚ ਹਿਸਾਬ ਕਿਤਾਬ ਨਾ ਕਰੇ। ਸਮਾਂ ਵੀ ਦਿਆ ਕਰੋ ਆਪਣੇ ਕਰੀਬੀ ਰਿਸ਼ਤਿਆਂ ਨੂੰ, ਨਹੀਂ ਤਾਂ ਇੱਕ ਦਿਨ ਤੁਹਾਡੇ ਕੋਲ ਪੈਸਾ ਤਾਂ ਹੋਵੇਗਾ ਪਰ ਤੁਸੀਂ ਰਿਸ਼ਤਿਆਂ ਨੂੰ ਗੁਆ ਚੁੱਕੇ ਹੋਵੋਗੇ। ਸੁਭਾਗ ਨਾਲ ਜੋ ਮਿਲਿਆ ਹੁੰਦਾ ਹੈ ਉਸ ਨੂੰ 7 ਪੀੜ੍ਹੀਆਂ ਭੋਗਦੀਆਂ ਨੇ, ਅਤੇ ਜੋ ਖੋ ਕੇ ਹਾਸਲ ਕੀਤਾ ਜਾਂਦਾ ਹੈ ਉਸ ਨੂੰ 7 ਪੀੜ੍ਹੀਆਂ ਭੁਗਤਦੀਆਂ ਨੇ। ਬਿਖਰਨਾ ਹੀ ਲਿਖਿਆ ਹੋਵੇ ਜਦੋਂ ਮੋਤੀਆਂ ਦੀ ਕਿਸਮਤ ਵਿੱਚ ਤਾਂ ਫਿਰ ਧਾਗਾ ਕਿੰਨਾ ਵੀ ਮਜ਼ਬੂਤ ਹੋਵੇ ਕੋਈ ਫਰਕ ਨਹੀਂ ਪੈਂਦਾ। ਜਿਵੇਂ ਸਮੁੰਦਰ ਵਿੱਚ ਚੀਨੀ ਪਾ ਦੇ ਨਾਲ ਉਹ ਕਦੇ ਮਿੱਠਾ ਨਹੀਂ ਹੋਵੇਗਾ, ਉਸੇ ਤਰ੍ਹਾਂ ਮਤਲਬੀ ਲੋਕਾਂ ਨੂੰ ਆਪਣਾ ਬਣਾਉਣਾ ਚਾਹੋਗੇ ਉਹ ਕਦੇ ਵੀ ਤੁਹਾਡੇ ਨਹੀਂ ਹੋਣਗੇ। ਸਰੋਵਰ ਉਹੀ ਹੁੰਦਾ ਹੈ, ਹੰਸ ਮੋਤੀ ਲੱਭਦਾ ਹੈ ਅਤੇ ਬਗਲਾ ਮਛਲੀ, ਬਸ ਸੋਚ ਦਾ ਫਰਕ ਹੁੰਦਾ ਹੈ। ਖਮੋਸ਼ ਹੋ ਜਾਣ ਵਿੱਚ ਅਤੇ ਖਮੋਸ਼ ਰਹਿਣ ਵਿੱਚ ਫਰਕ ਹੁੰਦਾ ਹੈ। ਖਮੋਸ਼ ਅਸੀਂ ਇਸ ਲਈ ਹੁੰਦੇ ਹਾਂ ਜਦੋਂ ਕਿਸੇ ਦੀ ਗੱਲ ਬੁਰੀ ਲੱਗਦੀ ਹੈ, ਅਤੇ ਖਮੋਸ਼ ਇਸ ਲਈ ਰਹਿੰਦੇ ਹਾਂ ਤਾਂ ਕਿ ਕਿਸੇ ਨੂੰ ਸਾਡੀ ਗੱਲ ਬੁਰੀ ਨਾ ਲੱਗੇ। ਜ਼ਿੰਦਗੀ ਵਿੱਚ ਜੋ ਕੁਝ ਵੀ ਹੁੰਦਾ ਹੈ ਕਿਸੇ ਵਜ੍ਹਾ ਨਾਲ ਹੁੰਦਾ ਹੈ, ਜਾਂ ਤਾਂ ਉਹ ਤੁਹਾਨੂੰ ਕੁਝ ਬਣਾ ਕੇ ਜਾਂਦਾ ਹੈ ਜਾਂ ਫਿਰ ਤੁਹਾਨੂੰ ਕੁਝ ਸਿਖਾ ਕੇ। ਹਾਲਾਤ, ਕਿਸਮਤ, ਇਨਸਾਨ ਅਤੇ ਜ਼ਿੰਦਗੀ ਸਮੇਂ ਦੇ ਨਾਲ ਨਾਲ ਸਭ ਬਦਲ ਜਾਂਦੇ ਨੇ। ਪਤਾ ਨਹੀਂ ਲੋਕ ਦੂਸਰਿਆਂ ਨੂੰ ਉਦਾਸ ਕਰਕੇ ਖੁਦ ਕਿਵੇਂ ਖੁਸ਼ ਰਹਿ ਲੈਂਦੇ ਨੇ। ਹਮੇਸ਼ਾ ਦੁਵਿਧਾ ਵਿੱਚ ਰਹਿੰਦਾ ਹਾਂ ਇਹ ਸੋਚ ਕੇ ਕਿ ਕੌਣ ਇੱਥੇ ਜ਼ਿਆਦਾ ਸੁਖੀ ਹੈ, ਸੋਨੇ ਦੀ ਚੈਨ ਵਾਲਾ ਜਾਂ ਚੈਨ ਦੇ ਨਾਲ ਸੌਣ ਵਾਲਾ। ਦਿਲ ਵੱਡਾ ਰੱਖੋ ਅਤੇ ਲੋਕਾਂ ਨੂੰ ਮੁਆਫ਼ ਕਰ ਦਿਓ, ਪਰ ਸਮਝ ਨੂੰ ਇਸ ਤਰ੍ਹਾਂ ਬਣਾ ਕੇ ਰੱਖੋ ਕਿ ਦੁਬਾਰਾ ਉਹਨਾਂ ਉੱਪਰ ਭਰੋਸਾ ਕਦੇ ਨਾ ਕਰੋ। ਬੁਰੀਆਂ ਆਦਤਾਂ ਜੇਕਰ ਵਕਤ ਉੱਪਰ ਨਾ ਬਦਲੀਆਂ ਜਾਣ ਤਾਂ ਉਹੀ ਆਦਤਾਂ ਤੁਹਾਡਾ ਵਕਤ ਬਦਲ ਦਿੰਦੀਆਂ ਨੇ। ਜਿਹੜਾ ਆਨੰਦ ਆਪਣੀ ਪਹਿਚਾਣ ਬਣਾਉਣ ਵਿੱਚ ਹੈ ਉਹ ਕਿਸੇ ਦਾ ਪਰਛਾਵਾਂ ਬਣਨ ਵਿੱਚ ਨਹੀਂ। ਮੀਲਾਂ ਲੰਬਾ ਸਫ਼ਰ ਇੱਕ ਪਲ ਵਿੱਚ ਬਰਬਾਦ ਹੋ ਗਿਆ ਜਦੋਂ ਆਪਣਿਆਂ ਨੇ ਕਿਹਾ ਕਿ ਦੱਸੋ ਕਿਵੇਂ ਆਉਣਾ ਹੋਇਆ। ਕਿਸੇ ਦੇ ਆਉਣ ਜਾਂ ਜਾਣ ਨਾਲ ਜ਼ਿੰਦਗੀ ਨਹੀਂ ਰੁਕਦੀ, ਬਸ ਜੀਣ ਦਾ ਅੰਦਾਜ਼ ਬਦਲ ਜਾਂਦਾ ਹੈ। ਜ਼ਿੰਦਗੀ ਦੇ ਸਫ਼ਰ ਵਿੱਚ ਸਿਰਫ ਇੰਨਾ ਹੀ ਸਬਕ ਸਿੱਖਿਆ ਹੈ ਕਿ ਸਹਾਰਾ ਕੋਈ ਕੋਈ ਹੀ ਦਿੰਦਾ ਹੈ, ਪਰ ਧੱਕਾ ਦੇਣ ਨੂੰ ਹਰ ਸ਼ਖਸ ਤਿਆਰ ਬੈਠਾ ਹੈ। ਜਿਹੜੇ ਲੋਕ ਵਕਤ ਦੇਖ ਕੇ ਤੁਹਾਨੂੰ ਇੱਜ਼ਤ ਦੇਣ ਉਹ ਲੋਕ ਤੁਹਾਡੇ ਆਪਣੇ ਨਹੀਂ ਹੁੰਦੇ, ਕਿਉਂਕਿ ਵਕਤ ਦੇਖ ਕੇ ਤਾਂ ਮਤਲਬ ਹੀ ਕੱਢੇ ਜਾਂਦੇ ਨੇ। ਟੈਨਸ਼ਨ, ਡਿਪਰੈਸ਼ਨ ਅਤੇ ਬੇਚੈਨੀ ਇਨਸਾਨ ਨੂੰ ਉਦੋਂ ਹੀ ਹੁੰਦੀਆਂ ਨੇ ਜਦੋਂ ਉਹ ਖੁਦ ਦੇ ਲਈ ਘੱਟ ਅਤੇ ਦੂਸਰਿਆਂ ਦੇ ਲਈ ਜ਼ਿਆਦਾ ਸੋਚਦਾ ਹੈ। ਇੱਛਾਵਾਂ, ਉਮੀਦਾਂ ਅਤੇ ਨੌ ਇਹਨਾਂ ਨੂੰ ਸਮੇਂ ਸਮੇਂ 'ਤੇ ਕੱਟਦੇ ਰਹੋ, ਨਹੀਂ ਤਾਂ ਫਿਰ ਇਹ ਦੁੱਖ ਦਾ ਕਾਰਨ ਬਣਦੇ ਨੇ। ਦੁਆਵਾਂ ਮਿਲ ਜਾਣ ਇਹੀ ਕਾਫੀ ਹੈ, ਦਵਾਈਆਂ ਤਾਂ ਕੀਮਤ ਅਦਾ ਕਰਨ 'ਤੇ ਮਿਲ ਹੀ ਜਾਂਦੀਆਂ ਨੇ। ਕਦੇ ਕਦੇ ਮਜ਼ਬੂਤ ਹੱਥਾਂ ਨਾਲ ਫੜੀਆਂ ਉਂਗਲਾਂ ਵੀ ਛੁੱਟ ਜਾਂਦੀਆਂ ਨੇ, ਕਿਉਂਕਿ ਰਿਸ਼ਤੇ ਤਾਕਤ ਨਾਲ ਨਹੀਂ ਦਿਲ ਨਾਲ ਨਿਭਾਏ ਜਾਂਦੇ ਨੇ। ਨਾ ਹੀ ਰੁੱਸਿਆ ਕਰੋ ਅਤੇ ਨਾ ਹੀ ਝੂਠਾ ਵਾਅਦਾ ਕਰੋ, ਕਦੇ ਫੁਰਸਤ ਦੇ ਪਲ ਲੈ ਕੇ ਆਪਣੇ ਆਪ ਨੂੰ ਵੀ ਮਿਲਿਆ ਕਰੋ। ਤਾਰੀਫ ਚਿਹਰੇ ਦੀ ਨਹੀਂ ਚਰਿੱਤਰ ਦੀ ਹੋਣੀ ਚਾਹੀਦੀ ਹੈ, ਕਿਉਂਕਿ ਚੰਗਾ ਚਿਹਰਾ ਬਣਾਉਣ ਵਿੱਚ ਕੁਝ ਹੀ ਪਲ ਲੱਗਦੇ ਨੇ, ਪਰ ਚੰਗਾ ਚਰਿੱਤਰ ਬਣਾਉਣ ਵਿੱਚ ਪੂਰਾ ਜੀਵਨ ਲੱਗ ਜਾਂਦਾ ਹੈ।
ਸੋ ਇਸੇ ਤਰ੍ਹਾਂ ਦੀਆਂ ਵੀਡੀਓਜ਼ ਲਈ ਜੁੜੇ ਰਹੋ ਪੰਜਾਬੀ ਅਲਫਾਜ਼ ਦੇ ਨਾਲ। ਜਲਦੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਆਪਣਾ ਖਿਆਲ ਰੱਖੋ। ਧੰਨਵਾਦ।